ਗੁਰਦੁਆਰਾ ਬੋੜੀ ਸਾਹਿਬ ਉਸ ਪੁਰਾਣੀ ਸੜਕ ਦੇ ਸਥਿਤ ਹੈ ਜਿਹੜੀ ਪੁਰਾਣੇ ਸਮੇਂ 'ਚ ਅੰਮ੍ਰਿਤਸਰ ਤੋਂ ਲੈ ਕੇ ਗੁਰੂ ਕੀ ਡਾਲੀ ਨੂੰ ਜਾਂਦੀ ਸੀ ਤਾਂ ਹੁਣ ਵੀ ਇਹ ਰਸਤਾ ਜਿਹੜਾ ਹੈ ਅੰਮ੍ਰਿਤਸਰ ਤੋਂ ਲੈ ਕੇ ਗੁਰੂ ਕੀ ਡਾਲੀ ਤੱਕ ਜਾਂਦਾ ਔਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਤੋਂ ਗੁਰੂ ਕੀ ਡਾਲੀ ਵਿਖੇ ਆਏ ਔਰ ਉਹ ਇਸ ਸਥਾਨ 'ਤੇ ਖੂਹੀ ਔਰ ਬੋੜ ਹੋਣ ਕਰਕੇ ਇਸ 'ਤੇ ਦਮ ਲਿਆ ਕਰਦੇ ਸਨ ਔਰ ਉਹਨਾਂ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਨਮ ਗੁਰੂ ਕੀ ਵਡਾਲੀ ਵਿਖੇ ਹੋਇਆ ਔਰ ਉਹਨਾਂ ਵੀ ਇਸ ਸਥਾਨ ਨੂੰ ਆਪਣੇ ਮੁਬਾਰਕ ਚਰਨਾਂ ਦੀ ਛੋਹ ਦੇ ਕੇ ਅਤੇ ਇਸ ਸਥਾਨ ਨੂੰ ਪਵਿੱਤਰ ਕੀਤਾ ਔਰ ਗੁਰੂ ਮਹਾਰਾਜ ਨੇ ਬਾਣੀ 'ਚ ਫਰਮਾਨ ਕੀਤਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਦੇ ਮਹਾਂ ਵਾਕ ਅਨੁਸਾਰ ਇਹ ਸਥਾਨ ਪਵਿੱਤਰ ਹੋਇਆ ਔਰ ਇਸ ਸਥਾਨ 'ਤੇ ਉਹਨਾਂ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਮਸਤ ਰਾਮ ਜੀ ਨੇ ਬੈਠ ਕੇ ਤਪੱਸਿਆ ਕੀਤੀ ਔਰ ਉਹਨਾਂ ਨੇ ਆਪਣੇ ਸਮੇਂ ਦੇ ਦੌਰਾਨ ਸੰਗਤਾਂ ਦਾ ਉਧਾਰ ਕੀਤਾ ਔਰ ਉਹਨਾਂ ਨੇ ਇਹ ਬਚਨ ਕਹਿ ਸਨ ਕਿ ਬੱਚਾ ਸਾਡੇ ਤੋਂ ਬਾਅਦ ਇੱਥੇ ਮੇਲੇ ਲੱਗਿਆ ਕਰਨਗੇ ਔਰ ਉਹਨਾਂ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਨੇ ਵਿਚਾਰ ਕਰਕੇ ਅਤੇ ਇਸ ਸਥਾਨ ਗੁਰਦੁਆਰਾ ਬੋੜੀ ਸਾਹਿਬ ਵਿਖੇ ਹੋਲੇ ਮਹੱਲੇ ਦੀ ਪਰੰਪਰਾ ਨੂੰ ਆਰੰਭ ਕੀਤਾ ਕਿਉਂਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਖਾਲਸੇ ਨੂੰ ਹੁਕਮ ਕੀਤਾ ਸੀ ਕਿ ਸਾਡਾ ਖਾਲਸਾ ਹੋਲੀਆਂ ਨਹੀਂ ਹੋਲਾ ਮਹੱਲਾ ਮਨਾਇਆ ਕਰੇਗਾ ਸੋ ਉਹਨਾਂ ਨੇ ਉਸ ਪਰੰਪਰਾ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਕੀਤਾ ਔਰ ਇਸ ਇਲਾਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਬੋੜੀ ਸਾਹਿਬ ਵਿਖੇ ਹੋਲੇ ਮਹੱਲੇ ਦੀ ਪਰੰਪਰਾ ਨੂੰ ਆਰੰਭ ਕੀਤਾ ਔਰ ਇਸ ਵਾਰ 83 ਹੋਲਾ ਮਹੱਲਾ ਮਨਾਇਆ ਜਾ ਰਿਹਾ ਔਰ 10 ਤਰੀਕ ਤੋਂ 50 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਹੈ ਉਹ ਆਰੰਭ ਕੀਤੀ ਗਈ ਔਰ ਇਹ ਨਿਰੰਤਰ 20 ਮਾਰਚ ਤੱਕ ਚੱਲਣੀ ਹੈ ਔਰ ਇਸ ਵਿੱਚ 250 ਸ੍ਰੀ ਅਖੰਡ ਪਾਠ ਜਿਹੜੇ ਹੈ ਉਹਨਾਂ ਦੀ ਸੰਪੂਰਨਤਾ ਹੋਣੀ ਹੈ ਔਰ ਇਸ ਦੇ ਦੌਰਾਨ 9-10 ਮਾਰਚ ਨੂੰ ਵਾਲੀਬਾਲ ਦੇ ਟੂਰਨਾਮੈਂਟ ਕਰਵਾਏ ਗਏ ਔਰ 13 ਮਾਰਚ ਨੂੰ ਇਸ ਸਥਾਨ ਤੋਂ ਮਹਾਨਗਰਨ ਦੀ ਆਰੰਭਤਾ ਹੋਈ ਜਿਹੜੇ ਵੱਖ ਵੱਖ ਇਲਾਕਿਆਂ 'ਚੋਂ ਹੁੰਦੇ ਹੋਏ ਸ਼ਾਮ ਨੂੰ ਗੁਰਦੁਆਰਾ ਬੋੜੀ ਸਾਹਿਬ ਵਿਖੇ ਸੰਪੂਰਨਤਾ ਹੋਈ ਔਰ ਇਸ ਦੇ ਦੌਰਾਨ 16, 17, 18, 19 ਮਾਰਚ ਨੂੰ ਭਾਰੀ ਦੀਵਾਨ ਸਜਾਏ ਜਾਣੇ ਹੈ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਢਾਡੀ ਰਾਗੀ ਕਵੀਸ਼ਰ ਔਰ ਕਥਾਵਾਚਕ ਜਿਹੜੇ ਹੈ ਉਹ ਆਣ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਉਪਰਾਲਾ ਕਰਨਗੇ ਔਰ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਦੀਵਾਨਾਂ ਦੇ ਵਿੱਚ ਆਪਣੀ ਹਾਜ਼ਰੀ ਭਰ ਕੇ
ਜੋ ਸਾਨੂੰ ਗੁਰੂ ਮਹਾਰਾਜ ਨੇ ਮਾਰਗਦਰਸ਼ਨ ਦਿੱਤਾ ਹੈ, ਆਪਣਾ ਗੁਰ ਇਤਿਹਾਸ ਆਪਣਾ ਸਿੱਖ ਇਤਿਹਾਸ ਸੁਣ ਕੇ ਅਤੇ ਆਪਾਂ ਲਾ ਲਈਏ ਤਾਂ ਕਿ ਜੋ ਗੁਰੂ ਮਹਾਰਾਜ ਨੇ ਸਾਨੂੰ ਰਸਤਾ ਦਿਖਾਇਆ ਹੈ ਉਹ 'ਤੇ ਚੱਲ ਕੇ ਆਪਾਂ ਆਪਣਾ ਜਿਹੜਾ ਜੀਵਨ ਹੈ ਉਹ ਸਫਲਾ ਕਰ ਸਕੀਏ। ਕਿਉਂਕਿ ਗੁਰੂ ਮਹਾਰਾਜ ਨੇ ਬਾਣੀ 'ਚ ਫਰਮਾਨ ਕੀਤਾ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਜੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਇਸ ਨੂੰ ਸਫਲਾ ਕਰਨ ਦੇ ਵਾਸਤੇ ਅਤੇ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦੇ ਵਾਸਤੇ ਆਪਾਂ ਦੀਵਾਨ ਹਾਲ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਨ ਦਾ ਉਪਰਾਲਾ ਕਰੀਏ, ਫਿਰ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਉਹ ਫਿਰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਸਮਾਗਮਾਂ 'ਚ ਵੱਧ ਹਿੱਸਾ ਪਾ ਕੇ ਅਤੇ ਆਪਾਂ ਇਹਨਾਂ ਸਮਾਗਮਾਂ ਨੂੰ ਸਫਲ ਕਰਨ ਦਾ ਉਪਰਾਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।